सही कह रहा चलना जी, असि 185 ला के गए असी घरों डेरे चो बाहर कटे है। हाँ। डेरे चो बाहर काट के असि 2 किले ला गए, उस ट्यूब जेडी है त्रुट गई है, तो इना कुछ चल दे जी। केड़ी शायद टूटी जी? आ ट्यूब पिछली। अच्छा। असा 2 किले सिर्फ इतो ट्रक ते ला गए हां। सही। ओ तो को 5 किलोमीटर साडा पिंड है। सही। ओ जाके डेरे च खला रिया सवेरे, मुंडा चढ़िया उसको 2 किले गा ला गया, ट्यूब जेडी है ओथी त्रुट गई है। सही। ट्रक ओथी जाम हो गया। ते किन्ने किन्ने दिन होए सी खड़े नु? तकरीबन शामी ला गए, सुबह दी गल। लो जी दोस्तों, भाई रियाज जट ते भाई है जी मुश्ताक जट साहब, उहनां दी वर्कशॉप च खड़े हैं। भाई उन्होंने ट्रैक्टर लिया जी हाफजाबाद तो आए हैं। अस्सलाम वालेकुम जी। वालेकुम सलाम। भाई जान की ना अपना जी? जागम हुसैन है मेरा। ते किन्ने दा मिलया जी ट्रैक्टर? ए 1332 दा मिलया। ए छत ते हुक जेड़ा 50,000 रुपया इन्हां को ले लै लौरिए, अगे सान लुट्टी आउंदे ने, कोई मिलत वाले लुट्टी आउंदे ने, कोई हुकूमत लुट्टी आउंदी है। हला ते चल छोटा इकट्ठे करके ट्रैक्टर असीं लैण आउने आ। ए 12 लाख दा ट्रैक्टर आ जेड़ा, अज 32 लाख रुपये दा ट्रैक्टर मिलदा पिया। ते मेरे हिसाब नाल हजे होर उत्ते जाणा इहने। ए भाजी उतां टुर गया ते मुड़ जिमीदारां ने उंज जेड़ा आखण बई तुसीं घर बह जाओ, ਇਹ ਕੰਮ ਤੁਹਾਡੇ ਕਰਨ ਵਾਲੇ। ਹਾਲਾਂਕਿ 32 ਕਿਲੋ ਇਹਦਾ ਵਜ਼ਨ ਹੈ ਟਰੈਕਟਰ ਦਾ ਤੇ 32 ਲੱਖ ਰੁਪਈਆ ਵੇ। ਇਹ ਜਿਹੜੇ ਜ਼ਿਮੀਦਾਰ ਸਾਡੇ ਆ, ਅਸੀਂ ਕਾਸ਼ਤਕਾਰ ਜਿਹੜੇ ਆ ਮਾੜੇ ਹੈ ਆ, ਹਾਂਜੀ, ਤੇ ਮਰ ਕੇ ਅਸੀਂ ਆ ਟਰੈਕਟਰ ਹੀ ਲਵਾਂਦੇ, ਹੋਰ ਅਸੀਂ ਕੰਮ ਕੋਈ ਨਹੀਂ ਕਰ ਸਕਦੇ। ਤੇ ਪੈਸੇ ਕਿਵੇਂ ਇਕੱਠੇ ਕੀਤੇ, ਕਿਵੇਂ ਜੋੜੇ ਪੈਸੇ? ਬਾਜੀ ਇੱਕ ਪੈਸੇ ਇਕੱਠੇ ਹੀ ਹੁੰਦੇ, ਜਿਹੜੀ ਸਾਡੀ ਮੁੰਜੀ ਕਣਕ ਹੁੰਦੀ ਏ, ਹਾਂਜੀ, ਉਹ 54 ਜੋੜੀ ਤੇ ਲਿਆ ਕੇ ਇਹਨਾਂ ਨੇ ਦੇ ਛੱਡੀ। ਸਹੀ। ਤੇ ਕੱਪੜੇ ਹੀ ਲਾਂਦੇ ਪਏ ਨੇ, ਤੇ ਹੋਰ ਗੱਲ ਕੋਈ ਨਹੀਂ। ਸਹੀ ਹੋ ਗਿਆ। ਤੇ ਸਾਡੀ ਹਕੂਮਤ ਅੱਗੇ ਇਲਤਜਾ ਹੈ ਕਿ ਮਿਹਰਬਾਨੀ ਕਰੋ, ਇਹਨਾਂ ਤੇ ਕੋਈ ਨੋਟਿਸ ਲਵੋ। जट बंदा ऐसा वे उस बिया साला बाद भी बच्चे की शादी करनी हो, उस बैंक को पैसे लाने शादी करनी होंगी, इना कोई जट खुशहाल है। हुकूमत को चाहिए कम से कम भी इन जी अगे कीमत आई पिछली 18 लाख रुपया वे तो लै होना तभी को गुजारा होता रहा है। भाई जो किसान है ना, जो जिमीदार करता है वो अपने बच्चों को नहीं पालता, पूरे मुल्क को पालता है। मुल्क को पालता है, रिजक यानी कि पैदा करके दे रहा है, रिजक अल्लाह ने देना है, लेकिन वसीला जिमीदार है। साड़ी हुकूमत जी भी आती है, PGI है, नून लीग है, पीपल पार्टी है, ਕਿਸਾਨਾਂ ਉੱਤੇ ਬਾਹਰ ਹੈ। ਹਾਂਜੀ। ਹੋਰ ਕਿਸੇ ਬੰਦੇ ਉੱਤੇ ਬਾਹਰ ਨਹੀਂ। ਹਾਂਜੀ। ਤੇ ਕਿਸਾਨਾਂ ਨੇ ਲੁੱਟਣ ਦੇ ਨਾਲ ਸਬਬ ਬਣਾਏ, ਇਹਨਾਂ ਨੂੰ ਖੁਦਾ ਦਾ ਖੌਫ ਕਰਨਾ ਚਾਹੀਦਾ ਹੈ। ਕਿਸਾਨ ਹੀ ਇਸ ਮੁਲਕ ਦੀ ਰੀੜ ਦੀ ਹੱਡੀ ਨੇ, ਤੇ ਇਹ ਇਹਨੂੰ ਤਬਾਹ ਕਰਨ ਦੇ। ਦੇਖੋ ਜੀ, ਹੁਣ ਹਰ ਚੀਜ਼ ਦਾ ਰੇਟ ਫਿਕਸ ਹੈ, ਉਹ ਕਦੀ ਘਟਿਆ ਨਹੀਂ, ਵਧਣਾ ਹੀ ਹੈ। ਜਦੋਂ ਵਧਣਾ ਹੈ, ਖਾਦ ਦਾ ਰੇਟ ਨਹੀਂ ਕਦੀ ਘਟਿਆ, ਖਾਦ ਦਾ ਰੇਟ ਘਟਿਆ ਪਹੁੰਚ ਤੋਂ ਦੂਰ ਹੈ, DAP ਦਾ ਰੇਟ ਪਹੁੰਚ ਤੋਂ ਦੂਰ ਹੈ, ਸੋਨਾ ਯੂਰੀਆ ਦਾ, ਦਵਾਈਆਂ ਜੱਟ ਸਿਰਫ 100 ਨਾ ਉਹ 6 ਮਹੀਨਾ ਬਾਅਦ ਹਿਸਾਬ ਕਰਦਾ ਹੈ। ਉਹਦੇ ਕੋਲੋਂ ਬੱਚਿਆਂ ਦੇ ਕੱਪੜੇ ਵੀ ਨਹੀਂ ਬਣਦੇ। ਇੰਨੀ ਆਮਦਨੀ ਹੈ ਜੱਟ। ਫਸਲ ਦਾ ਰੇਟ ਕਿਉਂ ਘਟ ਜਾਂਦਾ ਜਦੋਂ ਜ਼ਿਮੀਦਾਰ ਕਹਿੰਦੀ ਉਹ ਤਾਂ ਘਟ ਜਾਂਦਾ, ਜਦੋਂ ਨਿਕਲ ਜਾਂਦੀ ਤਾਂ ਵੱਧ ਜਾਂਦਾ। ਜੇ ਤੇਰੇ ਨਾਲ ਅਰਥ ਦੀ ਜ਼ਰਾਤ ਤੇ ਟੁਰ ਜਾਂਦੀ ਹੈ। ਹਾਂਜੀ। ਜੱਟਾਂ ਤੋਂ ਸਾਰੀ ਗੱਲ ਉਹਨਾਂ ਦੀ ਤੇ ਇੱਕ ਮਜਬੂਰੀ ਹੈ, ਉਹਨਾਂ ਤੇਲ ਵੀ ਲੈਣਾ, ਖਾਦ ਵੀ ਲੈਣੀ, ਖਰਚਾ ਤੇ ਸਾਰਾ ਇਹਦੇ ਵਿੱਚੋਂ ਚਲਾਣਾ ਹੁੰਦਾ। ਹਾਂਜੀ। ਤੇ ਉਹਨਾਂ ਤੇ ਵੇਚਣੀ ਹੁੰਦੀ ਹੈ, ਲੇਕਿਨ ਜੇ ਤੇ ਜੱਟਾਂ ਕੋਲ ਟੁਰ ਜਾਂਦੀ ਹੈ ਉੱਥੇ ਅਗਾ ਡਾਲਰਾਂ 'ਚ ਹੋ ਜਾਂਦੀ ਹੈ, ਤੇ ਕੌਡੀਆਂ ਦੇ ਬਾਏ ਲੈਂਦੇ ਨੇ। ਬਿਲਕੁਲ ਜੀ। ਜਾ ਬਾਕੀ ਟਰੈਕਟਰ ਮਿਆਰੀ ਤੁਹਾਨੂੰ ਸਹੀ ਲੱਗਾ, ਇਹਦਾ ਮਿਆਰ ਕਿਸ ਤਰ੍ਹਾਂ ਦਾ ਲੱਗਾ? ਬਾਜੀ ਸਾਡੀ ਮਜਬੂਰੀ ਹੈ ਲਿਜਾਣਾ, ਇਹ ਮਿਆਰੀ ਹੋਵੇ ਜਾਂ ਨਾ ਹੋਵੇ, ਅਸੀਂ ਜ਼ਿੰਮੇਦਾਰ ਆ, ਸਾਡਾ ਇਹਦੇ ਤੋਂ ਬਗੈਰ ਕੰਮ ਹੀ ਨਹੀਂ ਚੱਲਦਾ। ਸਹੀ। ਅੱਛਾ, ਹੁਣ ਕੰਪਨੀ ਦਾ ਸੁਣਿਆ ਸੀ ਰੇਟ ਵਧਨੇ ਆ ਮਾਰਕੀਟ ਦੇ ਵਿੱਚ, ਫੋਮਾਂ ਚੱਲਣੀਆਂ ਨੇ, ਚੱਲ ਰਹੀਆਂ ਨੇ, ਤੇ ਰੇਟ ਵਧ ਰਹੇ ਆ। ਹੁਣ ਇੱਕ ਨਵੀਂ ਕੰਪਨੀ ਵੀ ਆਈ ਹੈ KTS ਦੇ ਨਾਮ ਤੋਂ, ਤੁਸੀਂ ਦੇਖਿਆ ਕਿ ਨਹੀਂ ਟਰੈਕਟਰ ਉਹਨਾਂ ਦੇ? ਨਹੀਂ, ਟਰੈਕਟਰ ਮੈਂ ਉਹਨਾਂ ਦੇ ਵੇਖੇ ਨੇ, ਲੇਕਿਨ ਇੱਕ ਬ੍ਰਾਂਡ ਚੱਲ ਜਾਂਦਾ, ਨਾਂ ਚੱਲ ਜਾਂਦਾ ਸਾਡੇ ਕੋਲੇ ਜ਼ਿਲ੍ਹੇ ਹਫਜ਼ਾਬਾਦ ਦੇ ਵਿੱਚ, ਤੇ ਸਿਰਫ ਇਹ ਬੱਕਤੂ ਦੇ ਹੱਕੇ ਚੰਗਾ ਹੈ। ਸਹੀ। ਇਹ ਕੁਰਬਾਨੀ ਦਾ ਬੱਕਰਾ ਜਦੋਂ ਮਰਜ਼ੀ ਵੇਚ ਲਿਆ, ਤੇ ਬਾਕੀ ਇਸ ਦੀ ਵਜ੍ਹਾ ਨਾਲ ਹੀ ਇਹ ਚੱਲਦਾ ਪਿਆ। ਹੋਰ ਮੁੜੇ ਨਹੀਂ, ਇਹ ਨਵੀਂ ਕੰਪਨੀ ਚੱਲੋ ਚੱਲੇ ਤੇ ਭਾਵੇਂ ਨਾ ਚੱਲੇ, ਲੇਕਿਨ ਇਹਨਾਂ ਕੋ ਦਾ ਫਾਇਦਾ ਸਾਨੂੰ ਹੈਗਾ ਹੈ ਕਿ ਇਹਨਾਂ ਰੇਟ ਨਹੀਂ ਵਧਾਣੇ ਚਾਹੀਦੇ ਕਿਤੇ। ਇਹ ਅਸੀਂ ਬਾਜੀ ਲਕੀਰ ਦੇ ਫਕੀਰ ਹੁੰਨੇ ਆ, ਜਿਹੜੀ ਸ਼ਾਇਦ ਇੱਕ ਨਾ ਚੱਲ ਜਾ ਮੁੜ, ਅਸੀਂ ਉਹਦੇ ਮਗਰ ਹੀ ਚੱਲ ਜਾਂਦੇ ਆ, ਭਾਵੇਂ ਅਗਲੀ ਸੋਨੇ ਦੀ ਹੋਵੇ ਨਾ, ਤੇ ਅਸੀਂ ਉਹਨੂੰ ਪਿੱਤਲ ਹੀ ਲਈ ਰੱਖਨੇ ਆ, ਭਾਵੇਂ ਉਹ ਪਿੱਤਲ ਹੋ ਜਾਵੇ, ਲੇਕਿਨ ਅਸਾਂ ਉਹ ਨਹੀਂ ਖਰੀਦਣਾ ਵੇ, ਅਸੀਂ ਅਗਾ ਸੋਨੇ ਵੱਲ ਨਹੀਂ ਜਾਣਾ। ਬਿਲਕੁਲ ਇਸ ਤਰ੍ਹਾਂ ਹੀ ਆ। ਬਾਕੀ ਜੀ ਤੁਹਾਨੂੰ ਮੁਬਾਰਕ ਹੋਵੇ, ਚਲੋ ਜਿਸ ਤਰ੍ਹਾਂ ਦਾ ਵੀ ਹੈ, ਤੁਸੀਂ ਟਰੈਕਟਰ ਲਿਆ, ਤੁਸੀਂ ਪੈਸੇ ਦੇ ਕੇ ਲਿਆ, ਔਖੇ ਸੌਖੇ ਹੋ ਕੇ ਲਿਆ, ਤੁਸੀਂ ਲੈ ਕੇ ਜਾ ਰਹੇ ਹੋ, ਤੇ ਤੁਹਾਨੂੰ 32 ਲੱਖ ਦਾ ਮਿਲਿਆ ਜੀ, ਤੇ 35 ਟਾਇਰ ਨੇ, ਛੱਤ ਤੁਸੀਂ ਲਗਵਾਈ ਹੈ, ਤੇ ਛੱਤ ਕਿੰਨੇ ਦੀ ਲੱਗੀ ਜੀ? ਛੱਤ 31,000 ਦੀ। 31,000 ਦੀ ਹੈ ਛੱਤ ਲੱਗ ਗਈ ਹੈ, ਤੇ ਹੁੱਕ ਵੀ ਲਗਵਾਉਣੀ ਕਿ ਨਹੀਂ? ਨਹੀਂ, 18,000 ਦੀ ਓਕੇ, 50,000 ਰੁਪਈਆ ਦੇ ਤੇ ਦੋਵਾਂ ਚੀਜ਼ਾਂ ਤੇ ਲੱਗ ਗਏ। ਸਹੀ।
18,000 ਦੀ ਛੱਤ ਹੈ 32,000 ਦੀ ਹੋ ਕੇ ਤੇ ਬਾਕੀ ਜਦੋਂ ਨਾਂ ਤੇ ਕਰਵਾਉਣਾ ਉਦੋਂ ਵੀ 50,000 ਲਿਆ ਬਾਜੀ ਸਾਡੇ ਕੋਲ ਨਾ 5,000 ਰੁਪਇਆ ਸਰਕਾਰੀ ਫੀਸ ਹੈ ਉਹਨਾਂ 50,000 ਤੋਂ ਲੈ ਲੈਣ ਦੇ ਨਾਂ ਕਰਾਈ ਦਾ ਹਾਂਜੀ ਤੇ ਉਤਲਾ ਜਿਹੜਾ 5 ਲੈਂਦੇ ਨੇ ਉਹ ਕਾਦਾ ਹੈ ਉਹ 5 ਇਹ ਪਾ ਸਾਰਾ ਮਹਿਕਮਾ ਜਿਹੜਾ ਉਤਲਾ ਰਲ ਮਿਲ ਕੇ ਖਾ ਲੈਂਦੇ ਨੇ ਹੋਰ ਕਿਹੜਾ ਹੈ ਸਾਡੇ ਮੁਲਕ ਦੇ ਵਿੱਚ ਕਰਪਸ਼ਨ ਤੋਂ ਸਵਾ ਤੇ ਹੋਰ ਕੋਈ ਚੀਜ਼ ਹੀ ਨਹੀਂ ਨਾ ਜਿਹੜੇ ਹਲ ਬੀਜਾ ਉਹ ਆਪ ਤਲੀ ਅੱਗੇ ਪਹਿਲੇ ਕਰਦਾ ਹੈ ਪਰ ਮੈਨੂੰ ਕੋਈ ਦਿਓ ਤਾਂ ਤੁਹਾਡਾ ਕੰਮ ਤਾਂ ਆਉਣਾ ਹੈ ਜੇ ਅਗਰ ਨਾ ਚਵਾਨੀ ਦਿਓ ਤੋ ਜ਼ਲੀਲ ਇਨਾ ਆਵਾਮ ਨੂੰ ਕਰ ਛੱਡਦੇ ਨੇ ਉਹ ਆਪੇ ਮਜਬੂਰ ਹੋ ਜਾਂਦੀ ਇਸ ਚੀਜ਼ ਦੇ ਉਹ ਚੱਕਰ ਹੀ ਇੰਨੇ ਮਰਵਾ ਦਿੰਦੇ ਨੇ ਕੰਮ ਫਿਰ ਵੀ ਨਹੀਂ ਕਰਦੇ ਕੰਮ ਫਿਰ ਵੀ ਨਹੀਂ ਹੁੰਦਾ ਉਹ ਬੰਦਾ ਜ਼ਲੀਲ ਹੋ ਜਾਂਦਾ ਪਰ ਚਲੋ ਇਹਨਾਂ ਦੇ ਮੂੰਹ 'ਚ ਕੁਛ ਹੈ ਪਾਓ ਤੇ ਆਪਣਾ ਕੰਮ ਕਰਾਓ ਮਜਬੂਰੀ ਹੈ ਬਾਜੀ ਉਹ ਹੱਸ ਕੇ ਜਾਂ ਕੋਈ ਖੁਸ਼ੀ ਨਾਲ ਕੋਈ ਨਹੀਂ ਚੀਜ਼ ਦਿੰਦਾ ਪੈਸੇ ਤੋਂ ਬਗੈਰ ਕੰਮ ਕਰਦੇ ਹੀ ਨਹੀਂ ਜੋ ਪੈਸਿਆਂ ਤੋਂ ਬਗੈਰ ਕੰਮ ਹੀ ਨਹੀਂ ਚੱਲਦਾ ਸਾਡੇ ਮੁਲਕ ਦਾ ਨਿਜ਼ਾਮ ਹੀ ਐਸਾ ਹੋ ਗਿਆ ਠੀਕ ਹੋ ਗਿਆ ਜੀ ਬਾਕੀ ਹੁਣ ਤੁਹਾਡੇ ਟਰੈਕਟਰ ਇਲਾਕੇ 'ਚ ਚੱਲਦਾ ਪਿਆ ਜ਼ਿਆਦਾ 85 ਜਿਹੜੇ ਚੱਲਦੇ ਆ ਸਹੀ ਚੱਲਣ ਦੇ ਜਾਂ ਤੰਗ ਨੇ ਬੰਦੇ ਸਹੀ ਕਿਹੜਾ ਚੱਲਣਾ ਜੇ ਅਸੀਂ 185 ਲੈ ਕੇ ਗਏ ਅਸੀਂ ਘਰੋਂ ਡੇਰੇ 'ਚੋਂ ਬਾਹਰ ਕੱਢਿਆ ਹਾਂ ਡੇਰੇ 'ਚੋਂ ਬਾਹਰ ਕੱਢ ਕੇ ਅਸੀਂ 2 ਕਿੱਲੇ ਲੈ ਗਏ ਉਸ ਟਿਊਬ ਜਿਹੜੀ ਉਹ ਟੁੱਟ ਗਈ ਹੁੰਦੀ ਹਾਂਜੀ ਉਹ ਇੰਨਾ ਕੁ ਚੱਲਦੇ ਜੇ ਕਿਹੜੀ ਸ਼ਾਇ ਟੁੱਟੀ ਜੀ ਆ ਟਿਊਬ ਪਿਛਲੀ ਅੱਛਾ ਅਸਾਂ 2 ਕਿੱਲੇ ਸਿਰਫ ਇਤੋਂ ਟਰੱਕ ਤੇ ਲੈ ਗਏ ਆ ਸਹੀ ਉਤੋਂ ਕੋ 5 ਕਿਲੋਮੀਟਰ ਸਾਡਾ ਪਿੰਡ ਹੈ ਸਹੀ ਉਹ ਜਾ ਕੇ ਡੇਰੇ ਚ ਖਲਾਰਿਆ ਸਵੇਰੇ ਮੁੰਡਾ ਚੜਿਆ ਉਸ ਕੋ 2 ਕਿੱਲੇ ਦਾ ਲੈ ਗਿਆ ਟਿਊਬ ਜਿਹੜੀ ਹੈ ਉੱਥੇ ਟੁੱਟ ਗਈ ਹੈ ਸਹੀ ਟਰੈਕਟਰ ਉੱਥੇ ਜਾਮ ਹੋ ਗਿਆ ਤੇ ਕਿੰਨੇ ਦਿਨ ਹੋਏ ਸੀ ਖੜੇ ਨੂੰ ਤਕਰੀਬਨ ਸ਼ਾਮੀ ਲੈ ਗਏ ਸਵੇਰ ਦੀ ਗੱਲ ਹੈ ਠੀਕ ਹੈ ਜੀ ਤੇ ਇਹ ਹੁਣ ਕਹਿੰਦੇ ਆ ਕਿ ਟਰੈਕਟਰ ਫਸ ਜਾਵੇ ਤੇ ਉਹਨੂੰ ਅੱਗੋਂ ਖਿੱਚਣਾ ਵੀ ਨਹੀਂ ਚਾਹੀਦਾ ਟੁੱਟ ਜਾਂਦਾ ਭਾਜੀ ਇਹ ਤਾਂ ਖਿੱਚਣਾ ਨਹੀਂ ਚਾਹੀਦਾ ਪਰ ਧੁਨ ਕੀ ਦਸੀਏ ਹਰ ਕੰਮ ਦੇ ਵਿੱਚ ਕਰਪਸ਼ਨ ਚੱਲਦੀ ਪਈ ਅਸਾਂ ਉੱਥੇ ਵੀ ਜਾਣਾ ਹੁੰਦਾ ਅਸਾਂ ਤੇਲ ਬਦਲਵਾਣਾ ਤਾਂ ਵੀ ਪੈਸੇ ਉਹਨਾਂ ਲੈਣੇ ਨੇ ਵੱਖਰੇ ਸਾਥੋਂ ਹਾਂਜੀ ਜੇ ਕੋਈ ਸ਼ਾਇਦ ਰੋਟ ਚਾਣੀ ਉਹ ਕੰਪਨੀ ਦੇਣੀ ਹੁੰਦੀ ਉਹਨਾਂ ਵੀ ਸਾਥੋਂ ਲੈ ਲੈਣੇ ਹੁੰਦੇ ਸਹੀ ਉਹਨਾਂ ਇਹ ਆਖਣਾ ਕਿ ਨਾ ਨਾ ਲਿਆ ਜੇ ਸਾਡਾ ਸਹੀ ਇਹ ਦੱਸੋ ਕਦੀ ਰੂਸੀ ਦੀ ਮਜਬੂਰੀ ਹੁੰਦੀ ਉਹਨਾਂ ਨੇ ਪਤਾ ਹੁੰਦਾ ਸਵੇਰੇ ਇਹਨਾਂ ਦੇ ਮੋੜ ਪੂਏ ਤੇ ਜਾਣਾ ਹੈ ਨਹੀਂ ਮੈਨੂੰ ਇਹ ਦੱਸੋ ਕਦੀ ਰੂਸੀ ਕਦੀ ਪੁਰਾਣਾ ਫੋਰਡ ਕਦੀ ਮੈਸੀ ਫਰਗੋਸਨ ਦਾ ਪੁਰਾਣਾ ਜਿਹੜਾ ਪਰਕਨ ਹੁੰਦਾ ਸੀ ਉਹ ਵੀ ਕਦੀ ਟੁੱਟਾ ਬਾਜੀ ਅਸਾਂ 3 ਮਾਡਲ ਰੱਖਿਆ ਹੈ ਹਾਂ ਇਹ ਪਰਕਨ ਦੇ ਇੰਜਣ ਵਿੱਚ ਉਹ ਬਿਹਤਰੀਨ ਟਰੈਕਟਰ ਸੀ ਲੇਕਿਨ ਇਹਨਾਂ ਦਾ ਹੁਣ ਮਿਆਰ ਕੋਈ ਨਹੀਂ ਜਿਵੇਂ ਤੁਹਾਨੂੰ ਦੱਸਿਆ ਸਾਡੀ ਮਜਬੂਰੀ ਆ ਸਾਨੂੰ ਜਾਣਾ ਹੈ ਬਿਲਕੁਲ ਜੀ ਸਾਡਾ ਇਹਨਾਂ ਤੋਂ ਬਗੈਰ ਸਰਕਟ ਨਹੀਂ ਚੱਲਦਾ ਸਰਕਟ ਨਹੀਂ ਚੱਲਦਾ ਇਹ ਮਜਬੂਰੀ ਹੈ ਚਲੋ ਜੀ ਭਾਈ ਜਾਨ ਤੁਹਾਨੂੰ ਮੁਬਾਰਕ ਹੋਵੇ ਟਰੈਕਟਰ ਤੁਸੀਂ ਲੈ ਕੇ ਜਾ ਰਹੇ ਹੋ ਤੇ ਅੱਲਾ ਤੁਹਾਡੇ ਨਸੀਬਾਂ ਹੀ ਕਰੇ ਅੱਲਾ ਕਰੇ ਹੁਣ ਇਹ ਹੀ ਸਹੀ ਚੱਲੇ ਜੀ ਆਮੀਨ ਇਹ ਮਜਬੂਰੀ ਹੈ ਜ਼ਿੰਮੇਵਾਰ ਦੀ ਦੋਸਤੋ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੀ رائے ਕਮੈਂਟ ਦੇ ਵਿੱਚ ਜ਼ਰੂਰ ਦਿਓ ਵੀਡੀਓ ਦੇਖਣ ਦਾ ਸ਼ੁਕਰੀਆ ਅੱਲਾ ਲਓ ਜੀ ਇਹ ਭਾਈ ਹੁਣਾਂ ਦੇ ਡਰਾਈਵਰ ਆ ਜੀ ਟਰੈਕਟਰ ਵੀ ਲੈ ਕੇ ਜਾ ਰਹੇ ਆ ਇਹਨਾਂ ਬਾਜੀ ਕੋਈ ਅੱਲਾ ਪਾ ਕੇ ਮੈਂ ਤੇ ਨਾ ਗਰਜ ਹੀ ਕਰੇ ਜਿੰਨਾ ਕੁਝ ਤੰਗ ਹੈ ਯਕੀਨ ਕਰੋ ਮੀਟਰ ਰੀਡਰ ਨੇ ਵਾਪਸ ਨਾਲ ਦਿਲ ਕਰਦਾ ਨਾ ਬੰਦਾ ਗੱਲ ਲੱਗ ਜਾ ਇੰਨਾ ਕੁ ਤੰਗਾ ਸੀ 25,000 ਰੁਪਏ ਤੋਂ ਹੁਣ ਜਿਹੜਾ ਹੈ ਉਹ ਸੰਗ 2 ਲੱਖ ਰੁਪਏ ਇੱਕ ਮੋਟਰ ਦਾ ਬਿੱਲ ਆਉਂਦਾ ਪਿਆ ਨਜਾਇਜ਼ ਪਾਉਂਦੇ ਉਹ ਜਿਹੜੀ ਮੁੰਜੀ ਕਹਿੰਦਾ ਦੁਨੀਆ ਸਾ ਪਿੱਲਾ ਚ ਜਿਹੜੀ ਉਹ ਘਰ ਕੇ ਲਿਆਉਣਾ ਬਿਲਕੁਲ ਇਸ ਤਰ੍ਹਾਂ ਹੀ ਹੈ ਜੀ ਤਾਂ ਅੱਲਾ ਖੈਰ ਕਰੇ ਜੀ ਹੁਣ ਸਾਰਾ ਸੀ ਆਪਣੀ ਆਵਾਜ਼ ਤੇ ਜਿਹੜੀ ਪਹੁੰਚਾ ਰਹੇ ਆ ਲੇਕਿਨ ਸੁਣਨ ਵਾਲਾ ਕੋਈ ਨਹੀਂ ਕਿਉਂਕਿ ਚੋਰ ਕੁੱਤੀ ਰਲੀ ਆ ਚੋਰ ਕੁੱਤੀ ਰਲੀ ਆ ਤੇ ਕੋਈ ਨਹੀਂ ਸੁਣਦਾ ਆਵਾਜ਼ ਕੋਈ ਨਹੀਂ ਪਰਾਂ ਲੈ ਬਿੱਲ ਜਿਹੜੇ ਨੇ ਸਿਰਫ ਮੁੰਜੀ ਕਣਕ ਹੀ ਬਣਾਉਂਦੇ ਪਏ ਜੇ 2 ਲੱਖ 2.5 ਲੱਖ ਰੁਪਈਆ ਮੇਰੇ ਆ WhatsApp ਫੋਨ ਵਿੱਚ ਦੇਖ ਲਓ ਬਿੱਲ ਸਹੀ ਨਾ ਆਏ ਸਹੀ ਆਪਣੇ ਕੋਲੋਂ ਤਾਂ 2.5 ਬੰਦੇ ਕਹਿੰਦੀ ਕੋਈ ਨਹੀਂ ਪਾਉਂਦੇ ਬਿਲਕੁਲ ਜੀ ਉਹ ਟੈਕਸ ਆ ਰਿਹਾ ਕਿ ਰੀਡਿੰਗ ਗਲਤ ਪਾਉਂਦੇ ਨੇ ਨਾ ਨਾ ਇੰਨੇ ਪੂਰੇ ਟੈਕਸ ਆ ਇੰਨੀਆਂ ਫੋਨ ਦੇ ਉੱਤੇ ਰੀਡਿੰਗ ਗਲਤ ਹੈ ਹਾਂਜੀ ਉਹ ਦਾ ਰੀਡਿੰਗ ਹੀ 10,000 ਰੀਡਿੰਗ ਪਾ ਚਈ ਨਹੀਂ ਹੈ ਜੱਟ ਨਮਾਣੇ ਉਹਦੇ ਲਾ ਲਾ ਕੇ ਬਾਬਲਾ ਦੇ ਚੱਕਰ ਸਹੀ ਪੁੰਜ ਨਹੀਂ ਲੋਏ ਪੈਣੇ ਅਸੀਂ ਤੇ नहीं चलता बिलकुल जी अच्छा भाई ठेके ते करोगे अपनी भी है चलो जी अल्लाह खैर करे जी अपना लेट हो रहे हो गर्मी बहुत ज़्यादा है तो जाओ जी अल्लाह हाफिज़।